वेलकम टू लर्न टू एक्चुलाइज। मैं प्रोफेसर सिमरनजीत सिंह, डॉक्टर तीरथ सिंह। सो सर, एक खबर चल रही है कि 646 प्रोफेसर्स दियाँ वैकेंसीज आने वालियाँ ने, ETT दियाँ 7000 वैकेंसीज आने वालियाँ ने, 6000 मास्टर कैडर ते लैक्चर कैडर की वैकेंसीज आने वालियाँ ने, ये कितनी क सच्चाई है? सच्चाई जो है ज़िंदगी दे नियमां तो सानू जान लैनी चाहीदी है। फीडबैक एक बहुत ही प्राइमरी प्रिंसिपल है जिहड़ा तुहानू ते तुहाडी परफॉर्मेंस नू सुधारन लई एक बेस वजो काम करता है। जो हुणे चोणां हो चुकियां हैं, MP दियां चोणां होईयां हन, उहनां दे विच फीडबैक की मिली है कि आम आदमी पार्टी नू लगा है थोड़ा जिहा झटका लगा है, ते उह अपनी इमेज ते काम पहलां कर रहे आ ਕੀਤੇ ਨਹੀਂ ਜਾਣ ਦਿੱਤੇ ਜਾ ਰਹੇ, ਇਹ ਗੱਲ ਵੱਖਰੀ ਹੈ। ਲੇਕਿਨ ਜੋ ਕੀਤੇ ਜਾ ਸਕਦੇ ਨੇ ਔਰ ਉਹਨਾਂ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਔਰ ਹੈਲਥ ਦੇ ਆਉਂਦੇ ਨੇ, ਹੈ ਨਾ। ਸੋ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਲਈ, ਆਪਣੀ ਇਮੇਜ ਨੂੰ ਬੈਟਰ ਕਰਨ ਲਈ ਇਹ ਜੋ ਖਬਰਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੇ ਬੇਸ 'ਤੇ ਇਹ ਸੱਚਾਈ ਸਾਬਤ ਹੋ ਰਹੀ ਹੈ, ਜ਼ਿੰਦਗੀ ਦਾ ਨਿਯਮ ਜਿਹੜਾ ਮੈਂ ਦੱਸਿਆ ਹੈ। ਦੂਸਰਾ, ਜ਼ਿਮਨੀ ਚੋਣਾਂ ਚੱਲ ਰਹੀਆਂ ਹਨ, ਆਪਾਂ ਤਾਂ ਉਸ ਇਲਾਕੇ 'ਚ ਅਸੀਂ ਬੈਠੇ ਹੋਏ ਹਾਂ ਜਿੱਥੇ ਚੋਣਾਂ ਹੋਣੀਆਂ, ਇਹਨਾਂ ਨੇ ਵੋਟਾਂ ਪਾਉਣੀਆਂ ਹੈ ਸਰ ਨੇ, ਹੈ ਨਾ। ਇੱਥੇ ਰੋਜ਼ ਉਹ ਇਲੈਕਸ਼ਨ ਵਾਲੇ ਆਉਂਦੇ ਨੇ, ਐਕਸਪੀਰੀਅੰਸ ਇਹਨਾਂ ਤੋਂ। ਭਗਵੰਤ ਮਾਨ ਸਾਹਿਬ ਨੇ ਵੀ ਇੱਥੇ ਡੇਰਾ ਲਾ ਲਿਆ, ਕਿਉਂ ਲਾ ਲਿਆ ਹੈ? ਕਿਉਂਕਿ ਜੋ ਪਰਫੋਰਮੈਂਸ ਜਾਂ ਫੀਡਬੈਕ ਆਈ ਹੈ ਉਸਨੂੰ ਬੈਟਰ ਸਾਬਤ ਕਰਨਾ ਹੈ। ਸਾਬਤ ਕਿੱਦਾਂ ਕੀਤਾ ਜਾ ਸਕਦਾ ਹੈ? ਡੈਮੋਕ੍ਰੇਸੀ ਵਿੱਚ ਲੋਕਾਂ ਦਾ ਰਾਜ ਹੈ ਅਤੇ ਲੋਕਾਂ ਦੀਆਂ ਜੋ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕੀਤਾ ਜਾਏ, ਉਹਨਾਂ ਦੇ ਲਈ ਜੋ ਬੈਟਰਮੈਂਟਲੀ ਕੰਮ ਕੀਤੇ ਜਾ ਸਕਦੇ ਨੇ। ਸੋ ਟੀਚਿੰਗ ਕਮਿਊਨਿਟੀ ਲਈ, ਐਜੂਕੇਸ਼ਨ ਕਮਿਊਨਿਟੀ ਲਈ ਜੋ ਬੈਟਰ ਕੀਤਾ ਜਾ ਸਕਦਾ ਹੈ ਉਹਦੇ ਲਈ ਇਹ ਇਸ਼ਾਰੇ ਨੇ। ਅਸੀਂ ਪਹਿਲਾਂ ਵੀਡੀਓ ਪਾਇਆ ਸੀ ਜਿਸ ਵਿੱਚ ਦੱਸਿਆ ਸੀ ਕਿ ਆਉਣ ਦੀ ਸੰਭਾਵਨਾ ਹੈ, ਮੈਂ ਲੌਜਿਕ ਇਹੀ ਦਿੱਤਾ ਸੀ। ਇਸ ਤੋਂ ਬਾਅਦ ਕਈ ਯੂਟਿਊਬਰਸ ਨੇ ਪਾਇਆ ਹੈ ਕਿ ਇਹ ਆ ਰਹੀਆਂ ਹਨ। ਹਾਂ, ਇਹ ਹੋ ਸਕਦਾ ਹੈ ਕਿ 7000 ਦੀ ਜਗ੍ਹਾ 'ਤੇ ਗਿਣਤੀ ਥੋੜ੍ਹੀ ਵੱਧ ਜਾਏ ਘੱਟ ਜਾਏ, ਪਰ ਕਿਉਂਕਿ ਇਹ ਮੰਤਰੀ ਸਾਹਿਬਾਨ ਨੇ ਕਿਹਾ ਹੈ, ਇਟ ਮੀਨਸ ਇਹਦੇ ਇਰਦ ਗਿਰਦ ਰਹੇਗੀ। ਇੱਥੇ ਇੱਕ ਗਲਤੀ ਜਿਹੀ ਦਿਖਾਈ ਦੇ ਰਹੀ ਹੈ ਕਿ 7000 ਪ੍ਰਾਇਮਰੀ ਹੈ ਅਤੇ 6000 ETT ਹੈ, ਇਹਦੇ ਵਿੱਚ ਕਨਫਿਊਜ਼ਨ ਹੈ ਕਿਉਂਕਿ ਲਗਭਗ ਸੇਮ ਲੈਵਲ ਬੰਦਾ ਹੈ। ਇਹ DL-ED ਵਾਲਿਆਂ ਦੀ ਲਈ ਖੁਸ਼ਖਬਰੀ ਬਣ ਰਹੀ ਹੈ, ਜਿਹਨਾਂ ਦਾ PS-TET ਕਲੀਅਰ ਹੈ 1, ਉਹਨਾਂ ਲਈ ਖੁਸ਼ਖਬਰੀ ਹੈ। ਔਰ 6000 ਸਰ, ਇੱਕ ਕੁਐਸਚਨ ਮੇਰੇ ਦਿਮਾਗ 'ਚ ਆਉਂਦਾ, ਜਿੱਦਾਂ ਹੁਣ PS-TET ਆ, ਠੀਕ ਹੈ, ਹਾਲੇ ਤੱਕ PS-TET ਲਿੱਤਾ ਨਹੀਂ ਗਿਆ 2024 ਦੇ ਵਿੱਚ, ਕੀ PS-TET ਦਾ ਇਗਜ਼ਾਮ ਇਹਨਾਂ ਭਰਤੀਆਂ ਦੇ ਆਉਣ ਤੋਂ ਪਹਿਲਾਂ ਕੰਡਕਟ ਕਰਵਾ ਲਏਗੀ ਸਰਕਾਰ ਜਾਂ ਨਹੀਂ? ਹਾਂਜੀ ਸਰ, ਪੋਲੀਟੀਕਲ ਸਾਇੰਸ, ਕਿਉਂਕਿ MA ਪੋਲੀਟੀਕਲ ਸਾਇੰਸ ਵੀ ਆ, ਇੱਕ ਪ੍ਰੈਸ਼ਰ ਗਰੁੱਪ ਹੁੰਦਾ ਹੈ। ਜਦੋਂ ਜਿਸ ਕਿਸੇ ਗਰੁੱਪ ਨਾਲ ਥੋੜ੍ਹਾ ਲੱਗਦਾ ਹੈ ਉਹਨਾਂ ਨੂੰ ਇਨਜਸਟਿਸ ਹੋਣਾ, ਜਿਵੇਂ ਤੁਸੀਂ ਵੀ ਧਰਨੇ ਦੇ ਰਹੇ ਹੋ, ਸੋ ਪ੍ਰੈਸ਼ਰ ਪਾਇਆ ਜਾਂਦਾ ਹੈ ਗੌਰਮੈਂਟ 'ਤੇ ਆਪਣੇ ਹਿੱਤਾਂ ਵੱਲ ਕੋਈ ਡਿਸੀਜ਼ਨ ਕਰਾਉਣ ਲਈ। ਸੋ PS-TET ਦਾ ਜੇ ਜਿਹੜਾ ਪ੍ਰੈਸ਼ਰ ਗਰੁੱਪ ਹੈ, ਨੈਚੁਰਲੀ ਹੈ ਕਿ ਜੇ ਪੋਸਟਾਂ ਪਹਿਲਾਂ ਨਿਕਲਦੀਆਂ ਹਨ ਹੁਣੀ PS-TET ਦੀ ਓਪਰਚੁਨਿਟੀ ਨਹੀਂ ਮਿਲਦੀ, ਔਰ ਕਈਆਂ ਨੂੰ ਮਿਲ ਕੇ ਨਾਲ ਹੀ ਇਹਦੇ ਵਿੱਚ ਸਿਲੈਕਸ਼ਨ ਵੀ ਹੋ ਜਾਏਗੀ। ਸੋ ਬਣਦਾ ਹੈ ਕਿ ਉਹਨਾਂ ਦਾ ਹੱਕ, ਕਿਉਂਕਿ ਸਾਲ ਦਾ ਵਾਅਦਾ ਹੁੰਦਾ ਹੈ, ਸਾਲ ਤੋਂ PS-TET ਲੇਟ ਹੋ ਰਿਹਾ ਹੈ, ਸੋ ਇਹ ਸੰਭਾਵਨਾ ਹੈ ਕਿ PS-TET, ਕਿਉਂਕਿ ਇਹਨਾਂ ਨੇ 2 ਮਹੀਨੇ 'ਚ ਕੰਡਕਟ ਕਰਵਾ ਲੈਣਾ ਹੈ, ਸੋ ਉਹ ਪ੍ਰਕਿਰਿਆ ਪਹਿਲਾਂ PS-TET ਹੋਏਗਾ, ਨਾਲ ਹੀ ਇਹ ਪੋਸਟਾਂ ਆਉਣੀਆਂ, ਸੰਭਾਵਨਾ ਜ਼ਿਆਦਾ ਇਸ ਦੀ ਬਣਦੀ ਹੈ। ਜੇਕਰ ਪਹਿਲਾਂ ਆ ਵੀ ਜਾਂਦੀਆਂ ਨੇ, ਤੁਹਾਡਾ ਕੁਐਸਚਨ ਬੜਾ ਅੱਛਾ ਹੈ, ਜੇਕਰ ਪਹਿਲਾਂ ਆ ਵੀ ਜਾਂਦੀਆਂ ਨੇ ਤਾਂ ਪ੍ਰੈਸ਼ਰ ਪਾਇਆ ਜਾਏਗਾ, ਇਸ ਨੂੰ ਥੋੜ੍ਹਾ ਡਿਲੇਅ ਕੀਤਾ ਜਾਵੇ, ਸਾਡਾ PS-TET ਦਾ ਰਿਜ਼ਲਟ ਆ ਜਾਵੇ, ਕਿਉਂਕਿ ਹਾਲੇ ਜਿਹੜੇ ਨਵੇਂ ਵਿਦਿਆਰਥੀ ਆ ਕਈਆਂ ਨੂੰ ਪਤਾ ਨਹੀਂ ਹੁੰਦਾ ਬੀਐਡ ਦੇ ਵਿੱਚ ਜਾਂ BPED ਜਿਹੜੇ ਕਰਕੇ ਹਟੇ ਆ। ਬਿਲਕੁਲ, ਮੈਂ ਇੰਨੇ ਵਿਦਿਆਰਥੀ ਆਪਣਿਆਂ ਨੂੰ ਮੋਟੀਵੇਟ ਕੀਤਾ ਹੈ ਕਿ ਯਾਰ ਪਹਿਲੇ ਸੈਮ ਵਿੱਚ ਕਰ ਲਓ, ਤੁਹਾਡਾ ਲਾਈਫ ਲਈ ਵੈਲਿਡ ਹੈ, PS-TET ਕਰ ਲਓ ਹੁਣ। ਦੇਖੋ ਇਹ ਉਹ ਜਿਹੜਾ ਨੇ ਦਿੱਤਾ ਨਹੀਂ ਹੈ,
ਜਾਂ ਸੀਰੀਅਸਲੀ ਨਹੀਂ ਦਿੱਤਾ ਹੈ ਨਾ, ਜਾਂ ਪਾਸ ਨਹੀਂ ਹੋ ਸਕੇ, ਉਹਨਾਂ ਲਈ ਪਛਤਾਵੇ ਦਾ ਘਰ ਬਣ ਰਿਹਾ ਹੈ। ਸੋ ਇਹ ਇੱਕ ਅੱਛਾ ਮੌਕਾ ਹੈ, PSTET ਦੀ ਅਸੀਂ ਵੀ ਤਿਆਰੀ ਕਰਵਾ ਰਹੇ ਹਾਂ, ਮੌਕ ਟੈਸਟ ਫ੍ਰੀ ਲੈ ਰਹੇ ਹਾਂ, ਪਾਰਟੀਸਪੇਟ ਕਰ ਸਕਦੇ ਹਾਂ। ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈ, ਜਾਣਕਾਰੀ ਚਾਹੀਦੀ ਹੈ, ਉਹ ਤੁਸੀਂ ਲੈ ਸਕਦੇ ਹੋ। ਆਪਣੇ ਵੱਲੋਂ ਜਿੰਨਾ ਟਾਈਮ ਹੈ ਪੂਰਾ ਜ਼ੋਰ ਲਾਵਾਂਗੇ। ਤੁਸੀਂ ਉਹ PSTET ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੋ। ਦੂਸਰਾ ਇਹ ਵੀ ਹੈ, ਜੇ ਇਸ ਵਾਰ ਕਲੀਅਰ ਹੋ ਜਾਂਦਾ ਹੈ, ਜੋਬ ਨਹੀਂ ਮਿਲਦੀ, ਤਾਂ ਇਹਨਾਂ ਦਾ ਦੂਸਰਾ ਵਾਅਦਾ ਇਹ ਹੈ ਕਿ ਹਰ ਸਾਲ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਪੋਸਟਾਂ ਖਾਲੀ ਹੁੰਦੀਆਂ ਨੇ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਹਰ ਕਈ ਸਟੇਟ ਵਿੱਚ, ਇੰਡੀਆ ਦੇ ਵਿੱਚ ਹੋ ਰਿਹਾ ਹੈ ਕਿ ਦਿੱਲੀ ਦੇ ਵਿੱਚ ਹੁੰਦਾ ਹੈ, ਹਾਂਜੀ ਹਾਂਜੀ, ਉਸ ਤਰ੍ਹਾਂ ਉੱਥੇ ਵੀ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਦੀ ਸਰਕਾਰ ਹੈਗੀ ਹੈ ਦਿੱਲੀ ਵਿੱਚ, ਤੇ ਹੋ ਸਕਦਾ ਹੈ ਪੋਸਿਬਿਲਿਟੀ ਹੈਗੀ ਆ ਕਿ ਇਹ ਦਿੱਲੀ ਵਾਲੇ ਮਾਡਲ ਤੇ ਬੇਸਿਸ ਤੇ ਹੀ ਇੱਥੇ ਵੀ ਹਰ ਸਾਲ ਭਰਤੀ ਸਾਨੂੰ ਦੇਖਣ ਨੂੰ ਮਿਲੇ, ਜੋ ਕਿ ਬਹੁਤ ਵਧੀਆ ਗੱਲ ਹੈ। ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਮੋਟੀਵੇਸ਼ਨ ਇਹ ਪੋਸਟਰ ਇਹ ਦੇਖ ਕੇ ਮਿਲਦੀ ਹੈ, ਮੋਟੀਵੇਸ਼ਨ ਅੰਦਰੋਂ ਕੱਢਣੀ ਹੈ। ਨਿਰਾਸ਼ਾ ਜ਼ਿੰਦਗੀ 'ਚ ਇਹ ਦੁੱਖ ਨਿਪਟੇਗਾ, ਅਗਲਾ ਤਿਆਰ ਰਹੇਗਾ, ਲੇਕਿਨ ਜੇ ਪੋਜ਼ਿਟਿਵਿਟੀ ਮੱਥੇ ਵਿੱਚ ਰੱਖੋਗੇ ਤਾਂ ਜ਼ਿੰਦਗੀ ਪੋਜ਼ਿਟਿਵ ਤਰੀਕੇ ਨਾਲ ਜੀ ਸਕੋਗੇ। ਸੋ ਅੰਦਰੋਂ ਮੋਟੀਵੇਸ਼ਨ ਲਿਆਓ ਕਿ ਮੈਂ PSTET ਕਰਨਾ ਔਰ ਅੱਛੇ ਮਾਰਕਸ ਨਾਲ ਕਰਨਾ, CTET ਕਰਨਾ ਅੱਛੇ ਮਾਰਕਸ ਨਾਲ ਕਰਨਾ, ਸਿਲੈਕਸ਼ਨ ਟੈਸਟ ਦੀ ਜੀ ਜਾਣਾ ਇੱਕ ਵਾਰ ਤਿਆਰੀ ਕਰ ਲੈਣੀ ਹੈ। ਥੋੜ੍ਹਾ ਵਿੱਚ ਵਿਚਾਲੇ ਹੋ ਕੇ ਕਦੇ ਵੀ ਏਮ ਗੋਲ ਨਹੀਂ ਮਿਲਦਾ ਹੁੰਦਾ, ਸੋ ਜੀ ਜਾਣ ਲਾ ਦਿਓ। ਉਹ ਕਈਆਂ ਦੇ ਮੈਂ ਕੈਪਸ਼ਨ ਪੜ੍ਹੇ ਕਿ 4 ਸਾਲ ਇਸ ਜ਼ਿੰਦਗੀ ਦੇ ਲਗਾਓ, 40 ਸਾਲ ਹੈ ਨਾ ਜੋਬ ਮਤਲਬ ਮਿਲ ਜਾਏਗੀ। ਉਹ ਗੱਲ ਮੈਂ ਸਹੀ ਹੈ ਕਹਿਣਾ ਕਿ ਹੁਣ ਜ਼ੋਰ ਲਾ ਲੈਣਾ ਮਿਹਨਤ ਕਰ ਲਈ ਜਾਵੇ ਤਾਂ ਵਧੀਆ ਹੈ, ਬਿਲਕੁਲ, ਨਹੀਂ ਤਾਂ ਫਿਰ ਸਾਰੀ ਉਮਰ ਹੀ ਮਿਹਨਤ ਕਰਨੀ, ਬਿਲਕੁਲ। ਆ ਦੇਖੋ ਫਿਰ ਫਿਨਲੈਂਡ ਵੀ ਭੇਜਿਆ ਜਾਏਗਾ ਹੈ ਨਾ, ਬੀਐਡ ਵਾਲਿਆਂ ਲਈ ਵੀ ਆ ਰਹੀਆਂ ਜੀ ਜੀ। ਹਾਂ, ਸੋ ਸਰ ਇਹਦੀ ਆਪਾਂ ਕੀ ਤਿਆਰੀ ਕਰਾਵਾਂਗੇ ਆਪਣੇ ਲਰਨ ਟੂ ਐਕਚੁਅਲਾਈਜ਼ ਪਲੈਟਫਾਰਮ ਤੇ? ਬਿਲਕੁਲ, ਮੌਕ ਟੈਸਟ ਆ ਰਹੇ ਨੇ, ਫ੍ਰੀ ਮੌਕ ਟੈਸਟ ਨੇ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਸਰ ਕਿਹਦੇ PSTET ਦੇ ਮੌਕ ਟੈਸਟ ਆਣਗੇ ਜਾਂ ਮਾਸਟਰ ਕੈਡਰ ਦੇ ਆਣਗੇ? ਓਕੇ, ਸੋ ਇਕੱਠੇ PSTET ਤੇ ਮਾਸਟਰ ਕੈਡਰ ਦੇ ਤੁਹਾਨੂੰ ਮੌਕ ਟੈਸਟ ਦੇਖਣ ਨੂੰ ਮਿਲਣਗੇ ਬਹੁਤ ਜਲਦ ਸਾਡੇ ਚੈਨਲ ਤੇ, ਜਿਹਦਾ ਨਾਮ ਹੈ ਲਰਨ ਟੂ ਐਕਚੁਅਲਾਈਜ਼ ਆਨਲਾਈਨ। ਐਂਡ ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਮੇਕ ਸ਼ੋਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਨਹੀਂ ਕਹਿੰਦਾ ਹੁੰਦਾ ਜੇ ਤੁਹਾਡਾ ਜੀ ਕਰਦਾ ਹੈ, ਕਿਉਂਕਿ ਇਦਾਂ ਦੀ ਇਨਫੋਰਮੇਸ਼ਨ ਤੁਹਾਡੀ ਆਪਣੀ ਪਰਸਨਲ ਚੋਇਸ ਹੈ, ਅਪਡੇਟ ਕਰਦੇ ਰਹਿੰਦੇ ਹਾਂ। ਸੋ ਇਸ ਤੋਂ ਇਲਾਵਾ ਹੋਰ ਕੁਝ? ਐਂਟਰੈਂਸ ਟੈਸਟ ਦਾ ਬੜਾ ਅੱਛਾ ਚੱਲ ਰਿਹਾ ਹੈ, ਮਤਲਬ ਮੈਂ ਪਿਛਲੀ ਵਾਰ ਕਾਫੀ ਜ਼ੋਰ ਨਾਲ ਜੀ ਜਾਨ ਨਾਲ ਪੜ੍ਹਾਇਆ ਸੀ, ਲੇਕਿਨ ਮੈਂ 2-3 ਏਰੀਆ ਕਵਰ ਅੱਛੀ ਤਰ੍ਹਾਂ ਨਹੀਂ ਸੀ ਕਰ ਪਾਇਆ, ਜਿਵੇਂ ਇੰਗਲਿਸ਼ ਹੈ, ਮੈਂਟਲ ਐਬਿਲਿਟੀ ਹੈ। ਸੋ ਅਸੀਂ ਟੀਚਰ ਹਾਇਰ ਕੀਤੇ ਨੇ, ਨਾਲ ਟੀਮ ਕਰ ਰਹੀ ਹੈ, ਉਹਨਾਂ ਦੀ ਫੀਡਬੈਕ ਦੇਖੋ, ਤੁਸੀਂ ਖੁਦ ਐਕਸਪੀਰੀਅੰਸ ਕਰ ਸਕਦੇ ਹਾਂ, ਉਹਨਾਂ ਨਾਲ ਗੱਲ ਕਰ ਸਕਦੇ ਹਾਂ, ਔਰ ਅਸੀਂ ਵੀ ਲਰਨ ਕਰ ਰਹੇ ਹਾਂ ਕਿ ਆਪਣੇ ਸਿਸਟਮ ਨੂੰ ਹੋਰ ਬੈਟਰ ਕਿੱਦਾਂ ਕਰਨਾ, ਲਰਨਿੰਗ ਨੂੰ ਬੈਟਰ ਕਿੱਦਾਂ ਕਰਨਾ, ਇੰਪਰੂਵਮੈਂਟ ਕਿੱਦਾਂ ਕਰਨੀ ਹੈ, ਫੀਡਬੈਕ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਔਰ ਐਨਰਜੀ ਕਿੱਦਾਂ ਤੁਹਾਡੀ ਬਚਾਉਣੀ ਹੈ, ਫੋਕਸਡ ਕਿੱਦਾਂ ਕਰਨਾ ਹੈ, ਇੰਪੋਰਟੈਂਟ ਏਰੀਆ ਕਿੱਦਾਂ ਲੱਭਣੇ ਹੈ, ਜਿਹੜੇ MCQs ਹੈ ਉਹਨਾਂ ਨੂੰ ਚੈਲੇਂਜਿੰਗ ਕਿੱਦਾਂ ਬਣਾਉਣਾ ਹੈ। ਬੜੀਆਂ ਗੱਲਾਂ ਨੇ ਇਹ, ਮੈਨੂੰ ਕਿਉਂ ਆਉਂਦੀਆਂ ਨੇ, ਬੀਇੰਗ 22 ਸਾਲ ਹੋ ਗਏ ਨੇ ਟੀਚਰ ਐਜੂਕੇਟਰ ਦੇ ਫੀਲਡ ਵਿੱਚ, ਮਈਅਰਮੈਂਟ ਵਿੱਚ ਕੰਮ ਕੀਤਾ ਹੈ, ਕਿ ਕੁਸ਼ਚਨ ਕਿੱਦਾਂ ਬਣਾਏ ਜਾਂਦੇ ਨੇ, ਕਿੱਦਾਂ ਵੀਕ ਆਸਪੈਕਟ, ਕਿਸੇ ਵੀ UGC ਵਾਲੇ ਤੁਸੀਂ ਲੈ ਆਓ, ਬੇਸ਼ੱਕ ਨੀਟ ਵਾਲੇ ਲੈ ਆਓ, ਉਹਨਾਂ ਦੇ ਵੀਕ ਆਸਪੈਕਟ ਹੁੰਦੇ ਨੇ, ਉਹ ਫੜੇ ਜਾ ਸਕਦੇ ਨੇ, ਉਹਦੇ ਨਾਲ 10% ਨੰਬਰ ਆਰਾਮ ਨਾਲ ਵੱਧ ਸਕਦੇ ਨੇ। ਸੋ ਇਸ ਹੋਲਿਸਟਿਕ ਅਪਰੋਚ ਨਾਲ ਚੱਲਾਂਗੇ। ਬਾਕੀ ਜਿਹੜਾ ਆਪਣਾ ਫੀਸ ਦਾ, ਸਭ ਤੁਹਾਨੂੰ ਪਤਾ ਹੀ ਹੈ, ਫੀਸ ਇੰਨੀ ਘੱਟ ਰੱਖ ਰਹੇ ਹਾਂ ਕਿ ਕੋਈ ਬੋਝ ਨਹੀਂ ਤੁਹਾਡੇ 'ਤੇ ਬਣੇਗਾ, ਤੁਹਾਡਾ ਬੱਸ ਦਾ ਕਿਰਾਇਆ ਨਹੀਂ ਬਣਦਾ। ਸੋ ਤੁਹਾਡੇ ਵੱਲੋਂ ਕੋਈ ਡਿਮਾਂਡ ਹੋਵੇ, ਹਾਂ ਬੜਾ ਅੱਛਾ ਲੱਗਦਾ ਕਿ ਸਰ ਜਦੋਂ ਇਹ ਵੀ ਸਟੂਡੈਂਟ ਕਹਿੰਦੇ ਨੇ ਇਹ ਕਰਾ ਦਿਓ, ਜਿਹੜੇ ਮਾਸਟਰ ਕੈਡਰ ਦੀ ਤਿਆਰੀ ਕਰਨਾ ਚਾਹੁੰਦੇ ਨੇ, ਇਹ PSTET ਦੀ ਤਿਆਰੀ ਕਰਨਾ ਚਾਹੁੰਦੇ ਨੇ, CTET ਦੀ ਤਿਆਰੀ ਕਰਨਾ ਚਾਹੁੰਦੇ ਨੇ, ਉਹ ਦੱਸਣ ਕਿ ਸਰ ਇਹ ਵਾਲਾ ਚੀਜ਼ ਜ਼ਿਆਦਾ ਕਰਾ ਦਿਓ, ਇਹ ਪਹਿਲਾਂ ਕਰਾ ਦਿਓ, ਤੁਹਾਡੇ ਮੁਤਾਬਕ। ਬਹੁਤ ਸਾਰੇ ਕਮੈਂਟਸ ਸਾਨੂੰ ਆ ਰਹੇ ਨੇ ਆਲਰੇਡੀ, ਜਿਹੜੀਆਂ ਅਸੀਂ ਦੋ ਵੀਡੀਓਜ਼
ਅਪਲੋਡ ਕੀਤੀਆਂ ਸੀਗੀਆਂ ਮਾਸਟਰ ਕੈਡਰ ਜੀ, ਹਾਂ ਜੀ ਹਾਂ ਜੀ, ਤੇ ਉੱਤੇ ਸਾਨੂੰ ਪੁੱਛਿਆ ਜਾ ਰਿਹਾ ਕਿ ਸਰ ਮਾਸਟਰ ਕੈਡਰ ਜਾਂ ਲੈਕਚਰ ਕੈਡਰ ਤੇ ਤੁਸੀਂ ਕੋਈ ਉਹੀ ਮੋਟੀਵੇਟ ਕਰ ਰਹੇ ਆ, ਉਹੀ ਮੋਟੀਵੇਟ, ਸੋ ਜਲਦੀ ਤੁਹਾਨੂੰ ਉਹ ਕੋਰਸ ਵੀ ਦੇਖਣ ਨੂੰ ਮਿਲੇਗਾ, ਠੀਕ ਹੈ ਜੀ, ਬਿਲਕੁਲ ਬਿਲਕੁਲ, ਸੋ ਇਨ ਆਪਾਂ ਪ੍ਰੋਗਰੈਸ ਹੈਗੇ ਆ, ਵਰਕ ਇਨ ਪ੍ਰੋਗਰੈਸ ਆ, ਸੋ ਇਸ ਤੋਂ ਇਲਾਵਾ ਹੋਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਹਲੇ ਇਹ 646 ਪ੍ਰੋਫੈਸਰਾਂ ਦੀ ਵੀ ਵੈਕੈਂਸੀਆਂ, ਹਾਂਜੀ ਸਰ, ਜਿਹੜੀ ਜਦੋਂ ਤੁਹਾਨੂੰ ਮੈਂ ਟੀਚ ਕਰਦਾ ਸੀ ਉਦੋਂ ਜਿਹੜੀਆਂ ਵੈਕੈਂਸੀ ਜਿਹੜੀਆਂ ਸਿਰੇ ਨਹੀਂ ਸੀ ਚੜ ਪਾਈਆਂ ਤੇ PPSC ਦੇ ਜ਼ਰੀਏ ਭਰਨ ਦੀ, ਸੋ ਇਹ PPSC ਕਿਉਂਕਿ ਲਾਸਟ ਟਾਈਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਂਡ ਪੰਜਾਬੀ ਯੂਨੀਵਰਸਿਟੀ ਦੇ ਉਹਨਾਂ ਨੇ ਲਿਆ ਸੀ, ਕਾਫੀ 45 ਦਿਨਾਂ ਦੇ ਵਿੱਚ ਭਰਤੀ ਉਹ ਚੱਕੇ ਮਾਰੀ ਸੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਜ਼ਰੀਏ, ਸੋ ਭਰੀਆਂ ਜਾ ਰਹੀਆਂ 646 ਪੋਸਟਾਂ ਵੀ ਸਾਨੂੰ ਦੇਖਣ ਨੂੰ ਮਿਲਣਗੀਆਂ, ਤੇ ਇਹਦੇ ਲਈ ਵੀ ਜੀ ਜਾਨ ਕੀਤਾ ਜਾ ਸਕਦਾ ਹੈ, UGC ਨੈਟ ਹੈ। ਦੇਖੋ ਜਿਹੜਾ ਜਿਵੇਂ ਜਿਵੇਂ ਜਿਹੜੇ ਸਬਜੈਕਟ ਦਾ ਅਸਿਸਟੈਂਟ ਪ੍ਰੋਫੈਸਰ ਹੈ ਉਸੇ ਦੇ ਮਾਸਟਰ ਕੈਡਰ ਹੈ ਤੇ ਉਹਦੇ ਕੁਐਸਚਨਾਂ ਦੇ ਵਿੱਚ ਤਾਲਮੇਲ ਹੋਏਗਾ UGC ਨੈਟ ਨੂੰ ਅਦਰ ਸਟੇਟਸ ਨੂੰ। ਬਹੁਤ ਅਸੀਂ ਕੰਪਰੀਹੈਂਸਿਵ ਪਲੈਨਿੰਗ ਕਰ ਰਹੇ ਹਾਂ, ਬੈਂਕ ਜਿਹੜੀ ਹੋਏਗੀ ਕੁਐਸਚਨ ਬੈਂਕ ਉਸ ਨੂੰ ਸਿਸਟਮੈਟਿਕਲੀ ਯੂਜ਼ ਕੀਤਾ ਜਾਏਗਾ, ਫਲੱਡ ਵਾਂਗ ਤੁਹਾਨੂੰ ਦਿੱਤਾ ਜਾਏਗਾ ਔਰ ਤੁਸੀਂ ਉਹ ਕਰਦੇ ਹੋ। ਅਤੇ ਅਸੀਂ ਜਿਹੜੇ ਮੈਂ ਖਾਸ ਕਰਕੇ ਜਿਹੜੇ ਟੋਪਰਸ ਦਾ GRF ਦਾ ਜਿਹੜੇ ਟੋਪ ਕਰਦੇ ਨੇ ਉਹਨਾਂ ਦੀਆਂ ਲਰਨਿੰਗ ਸਟ੍ਰੈਟਜੀਜ਼ ਜਦੋਂ ਪਤਾ ਕਰਦਾ ਹਾਂ ਉਹਨਾਂ ਤੋਂ ਲਰਨ ਕਰਕੇ ਇਹ ਅਪਲਾਈ ਸਭ ਕੁਛ ਕੀਤਾ ਜਾਵੇਗਾ। ਅਸੀਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ, ਬਾਕੀ ਤੁਹਾਡੇ ਸਾਥ ਅਤੇ ਤੁਹਾਡੀ ਡਿਮਾਂਡ ਦੀ ਹਾਂ ਜ਼ਰੂਰਤ ਹੈ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।